ਟੋਰਾਂਟੋ ਦੇ ਇੱਕ ਸਕੂਲ ਦੇ ਬਾਹਰ ਕੀਤੀ ਗਈ ਫਾਇਰਿੰਗ ਦੇ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਅਤੇ 4 ਹੋਰ ਜ਼ਖਮੀ ਹੋ ਗਏ ਨੇ। ਅਤੇ ਟੋਰਾਂਟੋ ਪੁਲਿਸ ਨੇ ਜਿਹੜੀ ਹੈ ਤੁਰੰਤ ਉੱਥੇ ਘਟਨਾ ਸਥਾਨ 'ਤੇ ਪਹੁੰਚ ਕੇ ਜਿਹੜੀ ਉਹ ਜਾਂਚ ਸ਼ੁਰੂ ਕਰ ਦਿੱਤੀ ਹੈ। ਟੋਰਾਂਟੋ ਪੁਲਿਸ ਦੀ ਜਾਣਕਾਰੀ ਪ੍ਰਾਪਤ ਹੋਈ ਹੈ, ਉਹਨਾਂ ਨੇ ਦੱਸਿਆ ਕਿ ਨਾਰਥ ਈਸਟ ਟੋਰਾਂਟੋ ਵਿੱਚ ਕਿਪਲਿੰਗ ਐਵੀਨਿਊ ਐਂਡ ਮਾਊਂਟ ਅਲਾਈਵ ਡਰਾਈਵ ਦੇ ਕੋਲ ਇੱਕ ਸਕੂਲ ਦੇ ਬਾਹਰ ਅਣਪਛਾਤੇ ਜਿਹੜੇ ਵਿਅਕਤੀ ਹੈ ਉਹਨਾਂ ਨੇ ਗੋਲੀਆਂ ਚਲਾ ਦਿੱਤੀਆਂ ਅਤੇ ਜਿਸ ਦੇ ਵਿੱਚ 5 ਵਿਅਕਤੀ ਆ ਉਹ ਜ਼ਖਮੀ ਹੋ ਗਏ। ਨਾਰਥ ਅਲਬੀਅਨ ਕੋਲਜੀਏਟ ਇੰਸਟੀਚਿਊਟ ਦੀ ਪਾਰਕਿੰਗ ਦੇ ਵਿੱਚ ਅਚਾਨਕ ਗੋਲੀ ਚੱਲਣ ਦੀ ਜਿਹੜੀ ਉਹ ਸੂਚਨਾ ਮਿਲੀ। ਪੁਲਿਸ ਗੋਲੀ ਚੱਲਣ ਤੋਂ ਕੇਵਲ 3 ਮਿੰਟ ਦੇ ਵਿੱਚ ਹੀ ਜਿਹੜੀ ਆ ਉਹ ਮੌਕੇ ਦੇ ਉੱਪਰ ਪਹੁੰਚ ਗਈ, ਪਰ ਉਦੋਂ ਤੱਕ ਜਿਹੜੇ ਗੋਲੀ ਚਲਾਉਣ ਵਾਲੇ ਸੀ ਉਹ ਉੱਥੋਂ ਫਰਾਰ ਹੋ ਚੁੱਕੇ ਸਨ। ਮੌਕੇ 'ਤੇ ਪੁਲਿਸ ਨੇ ਪਹੁੰਚ ਕੇ ਜਿਹੜੇ 5 ਵਿਅਕਤੀ ਗੰਭੀਰ ਜ਼ਖਮੀ ਹੋਏ ਉਹਨਾਂ ਨੂੰ ਹਸਪਤਾਲ ਦੇ ਵਿੱਚ ਲੈ ਕੇ ਗਈ। ਉਸੇ ਦੌਰਾਨ ਉੱਥੇ ਪਹੁੰਚਦਿਆਂ 61 ਸਾਲ ਦੇ ਵਿਅਕਤੀ ਦੀ ਜਿਹੜੀ ਮੌਤ ਹੋ ਗਈ ਅਤੇ 4 ਗੰਭੀਰ ਜਿਹੜੇ ਜ਼ਖਮੀ ਹੈ ਉਹਨਾਂ ਦਾ ਉੱਥੇ ਹਸਪਤਾਲ ਦੇ ਵਿੱਚ ਇਲਾਜ ਜਿਹੜਾ ਉਹ ਚੱਲ ਰਿਹਾ ਹੈ। ਟੋਰਾਂਟੋ ਸਕੂਲ ਬੋਰਡ ਨੇ ਇਸ ਸਕੂਲ ਦੇ ਅਤੇ ਇਸ ਇਲਾਕੇ ਦੇ ਡੇ ਕੇਅਰ ਸੈਂਟਰਾਂ ਨੂੰ ਸੋਮਵਾਰ ਤੱਕ ਬੰਦ ਕਰ ਦਿੱਤਾ ਗਿਆ ਹੈ ਅਤੇ ਟੋਰਾਂਟੋ ਪੁਲਿਸ ਦੇ ਅਨੁਸਾਰ 15 ਤੋਂ 20 ਵਿਅਕਤੀ ਹੈ ਜਿਹੜੇ ਇੱਥੇ ਫੁੱਟਬਾਲ ਖੇਡਣ ਤੋਂ ਬਾਅਦ ਪਾਰਕਿੰਗ ਲਾਟ ਦੇ ਵਿੱਚ ਬੈਠ ਕੇ ਇੰਜੋਏ ਕਰ ਰਹੇ ਸਨ। ਪੁਲਿਸ ਅਨੁਸਾਰ ਇਹ ਜਿਹੜੀ ਗੋਲਾਬਾਰੀ ਹੋਈ ਹੈ ਇਹ ਗੋਲਾਬਾਰੀ ਮਿੱਥ ਕੇ ਕੀਤੀ ਗਈ ਹੈ ਜਾਂ ਦਹਿਸ਼ਤ ਫੈਲਾਉਣ ਦੇ ਲਈ ਕੀਤੀ ਗਈ ਹੈ, ਇਸ ਬਾਰੇ ਅਜੇ ਕੁਝ ਵੀ ਜਿਹੜਾ ਉਹ ਨਹੀਂ ਕਿਹਾ ਜਾ ਸਕਦਾ। ਪੁਲਿਸ ਵੱਲੋਂ ਮੌਕੇ 'ਤੇ ਜਿਹੜੇ ਉਹ ਸਬੂਤ ਇਕੱਠੇ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੁਲਿਸ ਦੇ ਅਨੁਸਾਰ ਗੋਲੀਆਂ ਚਲਾਉਣ ਵਾਲੇ ਵਿਅਕਤੀਆਂ ਵਿੱਚੋਂ 2 ਵਿਅਕਤੀਆਂ ਦੇ ਕਾਲੇ ਕੱਪੜੇ ਪਹਿਨੇ ਹੋਏ ਸਨ ਅਤੇ ਪੁਲਿਸ ਨੇ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਸ ਘਟਨਾ ਦੇ ਬਾਰੇ ਕਿਸੇ ਵਿਅਕਤੀ ਦੇ ਕੋਲ ਕੋਈ ਵੀ ਜਾਣਕਾਰੀ ਹੋਵੇ ਤਾਂ ਉਹ ਤੁਰੰਤ ਪੁਲਿਸ ਦੇ ਨਾਲ ਹੈ ਜਿਹੜੀ ਉਹ ਸਾਂਝੀ ਕਰੇ।